ਗਾਇਜ਼, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਤੁਹਾਡਾ ਸਾਡਾ ਬਹੁਤ ਬਹੁਤ ਸਵਾਗਤ ਹੈ ਯੂਟਿਊਬ ਚੈਨਲ 'ਤੇ। ਆਈ ਐਮ ਮੁਸਕਾਨ ਸ਼ਾਨ ਅਤੇ ਅੱਜ ਆਪਾਂ ਹੌਲ ਕਰ ਰਹੇ ਹਾਂ ਮੀਸ਼ੋ ਦਾ। ਮੀਸ਼ੋ ਦਾ ਮੈਂ ਕੁਛ ਜਵੈਲਰੀ ਔਡਰ ਕੀਤੀ ਸੀ ਰੀਸੈਂਟਲੀ, ਮੈਂ ਆਪਣੇ ਬ੍ਰਦਰ ਦੀ ਮੈਰਿਜ ਵਿੱਚ ਵੇਅਰ ਕੀਤੀ ਸੀਗੀ। ਸੋ ਆਪਾਂ ਉਹਦਾ ਹੌਲ ਹੁਣ ਅੱਜ ਕਰ ਰਹੇ ਹਾਂ ਅਤੇ ਮੈਂ ਤੁਹਾਨੂੰ ਨਾਲ ਨਾਲ ਪ੍ਰਾਈਜ਼ ਦੱਸੂੰਗੀ ਕਿਹੜੀ ਚੀਜ਼ ਕਿੰਨੇ ਦੀ ਆਈ ਆ। ਸੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ। ਇਹ ਜਵੈਲਰੀ ਮੈਂ ਔਡਰ ਕੀਤੀ ਸੀਗੀ ਹਲਦੀ ਵਾਸਤੇ, ਮੈਂ ਰੀਲਸ ਵਿੱਚ ਵੇਅਰ ਕੀਤੀ ਹੈ, ਮੈਂ ਦੇਖੀ ਹੋਣੀ ਆ ਸ਼ਾਇਦ, ਮੈਨੂੰ ਪੱਕਾ ਨਹੀਂ ਪਤਾ। ਅਤੇ ਇਹ ਕੁਝ ਇਹ ਹੈਗਾ ਨੈਕ ਪੀਸ ਐਂਡ ਇਸ ਨਾਲ ਛੋਟੇ ਛੋਟੇ ਈਅਰਿੰਗਸ ਟਾਈਪ ਪ੍ਰੋਪਰਸ ਆ ਦਿਸ। ਅਤੇ ਜਿਹੜੀ ਆਪਾਂ ਨੂੰ ਮਿਲੀ ਆ 323 ਯੈਲੋ ਕਲਰ ਦੀ, ਦੇਖ ਕੇ ਔਡਰ ਕੀਤੀ ਸੀ ਕਿਉਂਕਿ ਉਸ ਓਕੇਸ਼ਨ 'ਤੇ ਬਹੁਤ ਮੈਚ ਕੀਤੀ ਸੂਟ ਦੇ ਨਾਲ। ਮੈਂ ਸਵੇਰੇ ਹੋਰ ਔਡਰ ਕੀਤੀ ਸੀਗੀ ਜੋ ਕਿ ਮੈਂ ਗੀਜ਼ੇ ਵਾਲੇ ਦਿਨ ਪਾਈ ਸੀਗੀ ਜਾਗੋ ਨਾਈਟ 'ਤੇ, ਹੈਗੇ ਪਰਪਲ ਕਲਰ ਵਿੱਚ। ਇਹ ਆਪਾਂ ਨੂੰ ਮਿਲੀ ਆ 138 ਦਾ ਸੈੱਟ। ਪ੍ਰਾਈਜ਼ ਸੁਣ ਕੇ ਤਾਂ ਮੈਂ ਵੀ ਸ਼ੌਕ ਸੀਗੀ ਜਦੋਂ ਪ੍ਰਾਈਜ਼ ਦੇਖੇ ਸੀਗੇ, ਪਰ ਮੈਨੂੰ ਉਮੀਦ ਵੀ ਸੀਗੀ ਕਿ ਮਟੀਰੀਅਲ ਵੀ ਵਧੀਆ ਨਿਕਲੂਗਾ ਜਿਸ ਨਾਲ ਪ੍ਰਾਈਜ਼ ਇੰਨੇ ਲੋ ਸੀਗੇ। ਸੋ ਇਹ ਕੁਛ ਇੱਦਾਂ ਆ, ਪਰਲ ਦਾ ਵਰਕ ਆ ਨਾਲ ਸਟੋਨਸ ਲੱਗੇ ਹੋਏ ਆ। ਇਹ ਹੈਗੇ ਨੈਕ ਪੀਸ ਐਂਡ ਇਸ ਤੋਂ ਇਲਾਵਾ ਇਹਦੇ ਨਾਲ ਹੈਗੇ ਛੋਟੇ ਛੋਟੇ ਈਅਰਿੰਗਸ ਐਂਡ ਇੱਕ ਹੈਗਾ ਟਿੱਕਾ। ਮੈਂ ਇਕੱਲਾ ਟਿੱਕਾ ਲਗਾਇਆ ਸੀ ਨਾਲ ਈਅਰਿੰਗਸ ਪਾਈ ਸੀਗੀ ਅਤੇ ਮੈਂ ਨੈਕ ਪੀਸ ਨਹੀਂ ਵੇਅਰ ਕੀਤਾ ਸੀ। ਅਤੇ ਵੈਸੇ ਇਹਦੇ ਨਿੱਕ ਨਾ ਸਟੋਨ ਲੱਤ ਗਿਆ ਸੀਗਾ ਅਤੇ ਮੈਂ ਡਬਲ ਟੇਪ ਲਾ ਕੇ ਜੋੜ ਲਿਆ। ਮਤਲਬ ਕੁਆਲਿਟੀ ਠੀਕ ਆ, ਪ੍ਰਾਈਜ਼ ਲੋ ਆ, 19-21 ਨਾ ਖੋਈ ਜਾਂਦਾ ਆ, ਇਹ ਨਹੀਂ ਆਪਾਂ ਜ਼ਿਆਦਾ ਕਹਿੰਦੇ, ਬਟ ਇਹ ਹੁਣ ਤੁਸੀਂ ਆਰਡਰ ਕਰੋਗੇ ਤਾਂ ਪਤਾ ਲੱਗੂਗਾ। ਮਤਲਬ ਆਰਡਰ ਕੀਤੀ ਵਧੀਆ ਚੀਜ਼ ਨਿਕਲੀ ਆ ਅਤੇ ਥੋੜ੍ਹਾ ਗੜਬੜ ਮਾੜੀ ਮੋਟੀ ਹੋ ਜਾਂਦੀ ਆ, ਉਹ ਤਾਂ ਹੁਣ ਅਰਾਈਵ ਆਰਡਰ ਜਦੋਂ ਹੁੰਦਾ ਉਹਦੇ ਪਤਾ ਲੱਗਦਾ ਆ। ਮੈਂ ਕੁਛ ਕਲੱਚਰਸ ਆਰਡਰ ਕੀਤੇ ਸੀ, ਪੂਰਾ ਸੈੱਟ ਸੀਗਾ ਕਲੱਚਰਸ ਦਾ। ਇਹ 6 ਕਲੱਚਰਸ ਆ, ਪਿੰਕ ਕਲੱਚਰ ਸੈੱਟ ਮਿਲਿਆ ਆਪਾਂ ਨੂੰ 128 ਦਾ, 6 ਪੀਸਿਸ ਇਹਦੇ ਵਿੱਚ। ਮੈਨੂੰ ਕਾਫੀ ਕਿਊਟ ਲੱਗੇ ਸੀਗੇ ਬਟ ਹਾਲੇ ਤੱਕ ਮੈਂ ਯੂਜ਼ ਨਹੀਂ ਕੀਤੇ ਹੈ ਕਿਉਂਕਿ ਮੈਨੂੰ ਜ਼ਰੂਰਤ ਨਹੀਂ ਪਈ ਹਾਲੇ, ਬਟ ਆਈ ਹੋਪ ਸੋ ਮੈਂ ਜਲਦੀ ਨਾਲ ਯੂਜ਼ ਕਰਾਂ। ਇਹ ਬਹੁਤ ਸੋਹਣਾ ਹੇਅਰ ਸਟਾਈਲ ਹੋ ਸਕਦਾ। ਇੱਕ ਮੈਂ ਹੇਅਰ ਬਰਨ ਅਸੈਸਰੀ ਔਡਰ ਕੀਤੀ ਸੀ ਮਾਮਲੀ, ਇਹ ਮੰਮਾ ਵਾਸਤੇ ਔਡਰ ਕੀਤੀ ਸੀ, ਜਿੱਦਾਂ ਦੀ ਮਤਲਬ ਮੈਂ ਉਮੀਦ ਕੀਤੀ ਸੀ ਉੱਦਾਂ ਦੀ ਨਹੀਂ ਆਈ ਹੈਗੀ, ਸਾਰਾ ਵਾਈਟ ਪਲਾਸਟਿਕ ਜਿਹਾ ਵਰਕ ਆ ਅਤੇ ਹੁਣ ਇੰਨੀ ਸੈਟਿਸਫੈਕਸ਼ਨ ਨਹੀਂ ਹੋਈ, ਬਟ ਇਹਦਾ ਪ੍ਰਾਈਜ਼ ਠੀਕ ਸੀ 144। ਮੈਂ ਜਿੱਦਾਂ ਫੋਟੋ 'ਤੇ ਮੈਂ ਦੇਖਿਆ ਸੀ, ਮੈਨੂੰ ਲੱਗਾ ਸੀ ਗੋਲਡਨ ਕਲਰ ਵਿੱਚ ਹੋਊਗੀ, ਬਟ ਜਦੋਂ ਮੈਂ ਇਹਨੂੰ ਮਿਲੀ ਮੈਂ ਦੇਖਿਆ ਬਿਲਕੁਲ ਵਾਈਟ ਕਲਰ ਸੀਗੀ, ਸੋ ਇਸ ਕਰਕੇ ਨਹੀਂ ਪਤਾ ਲੱਗੀ। ਬਟ ਠੀਕ ਆ, ਇੰਨੀ ਮਾੜੀ ਵੀ ਨਹੀਂ ਹੈਗੀ, ਕੁਆਲਿਟੀ ਵਾਈਜ਼ ਵੀ ਠੀਕ ਆ ਪ੍ਰਾਈਜ਼ ਦੇ ਹਿਸਾਬ ਨਾਲ। ਮੈਂ ਔਡਰ ਕੀਤੀ ਸੀ ਪਰਾਂ ਦੀ, ਜਿਹੜੀ ਕਿ ਆਪਾਂ ਨੂੰ ਮਿਲੀ ਆ, ਇਹ ਮਿਲੀ ਆ ਆਪਾਂ ਨੂੰ 140 ਦੀ। ਜਿੱਦਾਂ ਵੀ ਮੈਂ ਇਹਦੀ ਫੋਟੋ ਦੇਖੀ ਸੀਗੀ ਉੱਦਾਂ ਦੀ ਬਿਲਕੁਲ ਨਿਕਲੀ ਹੈਗੀ, ਪਰਾਂ ਦੀ ਤਾਂ ਮੈਂ ਬਹੁਤ ਡਿਸਅਪੁਆਇੰਟ ਹੋਈ ਹਾਂ। ਪ੍ਰਾਈਜ਼ ਇਸ ਵੈਰੀ ਲੋਅ ਸੀ ਬਟ ਇਹ ਸਾਈਜ਼ ਵੀ ਬਹੁਤ ਛੋਟਾ ਜਿਹਾ ਅਤੇ ਆ ਵੀ ਬਹੁਤ ਬੱਚਿਆਂ ਵਾਲੀ ਲੱਗਦੀ ਪਈ ਸੀ, ਮੈਂ ਇਸ ਕਰਕੇ ਮੈਂ ਵੇਅਰ ਨਹੀਂ ਕੀਤੀ, ਪੁਰਾਣੀ ਹੀ ਵੇਅਰ ਕਰ ਲਈ ਸੀ। ਮਤਲਬ ਆਹ ਕਲਰ ਸੀਗੀ ਜ਼ਿਆਦਾ ਕੁਛ ਗੋਲਡ ਜਿਹਾ ਆ, ਮਤਲਬ ਨੋਰਮਲ ਜਿਹਾ ਗੋਲਡ ਮੈਨੂੰ ਲੱਗਾ ਸੀ, ਬਟ ਠੀਕ ਆ ਉੱਦਾਂ ਵੀ ਆ, ਕਿਤੇ ਫਿਰ ਵੇਅਰ ਕਰ ਲਵਾਂਗੇ ਤਾਂ ਲੋੜ ਪਊਗੀ। ਠੀਕ ਆ, ਬਟ ਜਿੱਦਾਂ ਦੀ ਮੈਂ ਉਮੀਦ ਕੀਤੀ ਸੀ ਉੱਦਾਂ ਦੀ ਨਹੀਂ ਆਈ ਹੈ। ਲੇਟਲੀ ਮੈਂ ਇਹਦੀ ਵੀਡੀਓ ਬਣਾਉਣਾ ਭੁੱਲ ਗਈ ਸੀ ਵਿੱਚ ਕਿਉਂਕਿ ਇਹ ਸੈਪਰੇਟ ਜਗ੍ਹਾ 'ਤੇ ਗਈ ਸੀ ਨੈਕਲੈਸ, ਜਿਹਦਾ ਪ੍ਰਾਈਜ਼ ਨਾ ਜ਼ਿਆਦਾ ਕਹਿ ਸਕਦੇ ਨਾ ਘੱਟ ਕਹਿ ਸਕਦੇ ਹਾਂ, ਮਤਲਬ ਸਹੀ ਸੀਗਾ, ਬਹੁਤ ਕਿਊਟ ਲੱਗਾ ਮੈਨੂੰ ਨੈਕਲੈਸ। ਇਹਦਾ ਮੇਰੇ ਤਾਂ ਸਿੰਪਲ ਪਰਲ ਟੋਪਰ ਸੀਗੇ ਅਤੇ ਮੈਂ ਉਹ ਵੇਅਰ ਕਰ ਲਿਆ ਸੀ, ਮੇਰੀ ਬਹੁਤ ਸੋਹਣੀ ਮੈਚਿੰਗ ਹੋ ਗਈ ਸੀ। ਚੌਲ ਵਿੱਚ ਬਸ ਇੰਨਾ ਹੀ, ਇਹ ਸਾਰਾ ਕੁਛ ਆਪਾਂ ਔਡਰ ਕੀਤਾ ਸੀ, ਕੁਆਲਿਟੀ ਵੀ ਬਹੁਤ ਸਹੀ ਆ। ਤੁਸੀਂ ਔਡਰ ਕਰ ਸਕਦੇ ਹਾਂ ਮੀਸ਼ੋ ਦੀ ਵੈਲਜੂ, ਕੋਈ ਵੀ ਔਡਰ ਕਰਨੀ ਹੋਵੇ। ਮੈਂ ਇਹਨਾਂ ਤੋਂ ਬਹੁਤ ਨੈਕ ਪੀਸਿਸ ਵੀ ਮੀਸ਼ੋ ਤੋਂ ਮੰਗਵਾਏ ਆ, ਉਹ ਵੀ ਰੀਸੈਂਟ ਵੀਡੀਓ ਮੈਂ ਅਪਲੋਡ ਕੀਤੀ ਸੀ ਯੂਟਿਊਬ 'ਤੇ। ਜਵੈਲਰੀ ਵਗੈਰਾ ਮੈਂ ਔਡਰ ਮੀਸ਼ੋ ਤੋਂ ਹੀ ਜ਼ਿਆਦਾ ਕਰਦੀ ਹਾਂ,
ਕਿਉਂਕਿ ਮੀਸ਼ੋ ਤੇ ਪ੍ਰਾਈਜ਼ ਜਿਹੜੇ ਘੱਟ ਹੁੰਦੇ ਆ ਤੇ ਕਿਉਂਕਿ ਜਿਹੜੀ ਆਨਲਾਈਨ ਵੈਲਜ਼ ਹੁੰਦੀ ਉਹਨੂੰ ਮੈਂ ਇੰਨਾ ਯਕੀਨ ਨਹੀਂ ਕਰਦੀ, ਥੋੜ੍ਹੀ ਇੱਕ ਦੋ ਵਾਰੀ ਪਾਓ ਅਤੇ ਬਾਅਦ ਦਾ ਪਤਾ ਨਹੀਂ ਪਾ ਹੋਣੀ ਕਿ ਨਹੀਂ। ਸੋ ਜਵੈਲਰੀ ਕਿਹੜਾ ਹਮੇਸ਼ਾ ਆਪਾਂ ਇੱਕੋ ਹੀ ਪਾਉਣੀ ਹੁੰਦੀ ਆ, ਸੋ ਉਹ 'ਤੇ ਜ਼ਿਆਦਾ ਪੈਸੇ ਨਹੀਂ ਖਰਚ ਕਰਨੇ ਚਾਹੀਦੇ। ਸੋ ਇਸੇ ਆਪਣਾ ਅੱਜ ਦਾ ਹੌਲ, ਮਿਲਦੇ ਨੈਕਸਟ ਵੀਡੀਓ, ਸਟੇ ਟਿਊਨਡ, ਬਾਏ ਬਾਏ।